ਚੰਡੀਗੜ੍ਹ ਪੁਲਿਸ ਦੀ ਸੈਕਟਰ 36 ਥਾਣਾ ਨੇ ਦੋ ਸਨੇਚਰਜ਼ ਕਾਬੂ ਕੀਏ ਤੇ ਕਈ ਰਿਕਵਰੀਜ਼ ਇਹਦੇ ਵਿੱਚ ਸਾਹਮਣੇ ਆਈਆਂ ਔਰ ਬੜੇ ਹੈਰਾਨ ਕਰ ਦੇਣ ਵਾਲੇ ਖੁਲਾਸੇ ਪੁਚਕਿਚ ਵਿੱਚ ਸਾਹਮਣੇ ਆ ਰਹੇ ਕਿ ਕਿਸ ਤਰ੍ਹਾਂ ਇਹ ਸਨੇਚਿੰਗ ਦੀ ਵਾਰਦਾਤਾਂ ਨੂੰ ਅੰਜਾਮ ਦਿੰਦੇ ਸੀ ਤੇ ਅਚਾਨਕ ਫਰਾਰ ਹੋ ਜਾਂਦੇ ਸੀ ਹਾਲਾਂਕਿ 36 ਪੁਲਿਸ ਨੇ ਮਾਮਲਾ ਦਾਜ ਕੀਤਾ ਸੀਗਾ ਟਿਪ ਆਫ ਸੀ ਇੱਕ ਸੀਕ੍ਰੇਟ ਇਨਫੋਰਮੇਸ਼ਨ ਦੇ ਆਧਾਰ ਤੇ ਇਹਨਾਂ ਨੂੰ ਕਾਬੂ ਕੀਤਾ ਤੇ ਸੀਨੀਅਰ ਅਫਸਰਾਂ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਕਿਸ ਤਰ੍ਹਾਂ ਇਹਨਾਂ ਦੀ ਮੋਡਸ ਆਪਰੈਂਡੀ ਹੁੰਦੀ ਸੀ ਕਿਸ ਤਰ੍ਹਾਂ ਇਹ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਇਥੋਂ ਫਰਾਰ ਹੋ ਜਾਂਦੇ ਸੀ ਸਾਡੇ ਨਾਲ ਸੀਨੀਅਰ ਆ ਡਿਪਟੀ ਸਾਹਿਬ ਇਹ ਪੂਰਾ ਜਦ ਵਾਕਿਆ ਸਾਹਮਣੇ ਆਇਆ ਕਿਸ ਤਰ੍ਹਾਂ ਦੀ ਇਨਵੈਸਟੀਗੇਸ਼ਨ ਚੀਜ਼ਾਂ ਸਾਹਮਣੇ ਆਈ ਕਿੰਨੇ ਲੋਕੀ ਜਿਹੜੇ ਹੈਗੇ ਇਹਦੇ ਵਿੱਚ ਸ਼ਾਮਿਲ ਆ ਆ ਦੇਖੋਗੇ ਇਸ ਕੇਸ ਦੇ ਵਿੱਚ ਪਰਟੀਕੂਲਰ ਪੁਲਿਸ ਦੀ ਜਿਹੜੀ ਮਸਤੈਦੀ ਹੈ ਉਹ ਸਾਹਮਣੇ ਆਈ ਹੈ ਇਹ 22 ਤਰੀਕ ਸ਼ਾਮ ਨੂੰ ਜਿਹੜਾ ਸ਼ੋਬਲਿਸ ਗੁੱਲੂ ਹੈ ਪਿੰਟਰ ਜੀ ਇਹਨੇ ਅਦਰ ਸੈਕਟਰ 35 ਔਰ 43 ਦੀ ਡਿਵਾਈਡਿੰਗ ਰੋਡ ਤੇ ਇੱਕ ਰਾਹਗੀਰ ਤੋਂ ਸੈਕਟਰ 3 ਦੇ ਉੱਪਰ ਜਾਂਦੇ ਹੋਏ ਉਸ ਤੋਂ Redmi ਦਾ ਉਹਦਾ ਫੋਨ ਖੋਇਆ ਸੀ ਇਸਨੇ ਓਕੇ ਪਰ ਮੋਟਰਸਾਈਕਲ ਤੇ ਫਰਾਰ ਹੋ ਗਿਆ ਸੀ ਠੀਕ ਹੈ ਇਮੀਡੀਏਟਲੀ ਜਦੋਂ ਮੈਸੇਜ ਫਲੈਸ਼ ਹੋਇਆ ਤੇ ਸਾਰੀਆਂ ਥਾਣੇ ਦੀਆਂ ਬੀਟਾਂ ਹਰਕਤ ਦੇ ਵਿੱਚ ਆਈਆਂ ਔਰ ਇਹ ਪਤਾ ਲੱਗਿਆ ਕਿ ਇਹ ਜਿਹੜਾ ਬੜੈਲ ਆਪਣਾ 35 43 ਰੋਡ ਤੋਂ ਪਟਾਵਾ ਦੀ ਤਰਫ ਆਇਆ ਓਕੇ ਔਰ ਮੁਸਤਦੀ ਦੇ ਨਾਲ ਸਾਡੀ ਜਿਹੜੀ ਉੱਥੇ ਦੀ ਬੀਟ ਸੀ ਜਾਂ ਦੂਜਾ ਥਾਣੇ ਦਾ ਸਟਾਫ ਸੀ ਮੋਟਰਸਾਈਕਲ ਆਈਡੈਂਟੀਫਾਈ ਹੋ ਗਿਆ ਉੱਥੇ ਮੋਟਰਸਾਈਕਲ ਸਾਨੂੰ ਮਿਲ ਗਿਆ ਓਕੇ ਉਸ ਤੋਂ ਬਾਅਦ ਸੀਕ੍ਰੀਟ ਇਨਫੋਰਮੇਸ਼ਨ ਤੇ ਉਸੇ ਏਰੀਆ ਨੂੰ ਸਰਚ ਕੀਤਾ ਗਿਆ ਇਹ ਜਿਹੜਾ ਸ਼ੋਬਲਿਸ ਗੋਲੂ ਹੈ ਇਹਨੂੰ ਆਪਣਾ ਮੋਬਾਈਲ ਦੇ ਨਾਲ ਗ੍ਰਿਫਤਾਰ ਕਰ ਲਿਆ ਠੀਕ ਹੈ ਔਰ ਇਹਦਾ ਅੱਗੇ ਫਿਰ ਫਰਦਰ ਰਿਮਾਂਡ ਲਿਆ ਗਿਆ ਰਿਮਾਂਡ ਦੇ ਵਿੱਚ ਪਤਾ ਲੱਗਿਆ ਕਿ ਇਹਦਾ ਪੁਰਾਣਾ ਵੀ ਕ੍ਰਿਮਿਨਲ ਰਿਕਾਰਡ ਹੈ ਓਕੇ 2022 ਦੇ ਵਿੱਚ ਇਹ ਪਹਿਲਾਂ 34 ਥਾਣੇ 'ਚ ਫੜਿਆ ਗਿਆ ਸੀ ਉੱਥੇ ਵੀ ਇਹਨੇ 60 ਮੋਬਾਈਲ ਰਿਕਵਰ ਕਰਾਏ ਸੀ ਓਕੇ ਔਰ ਇਹ 6 ਮਹੀਨੇ ਆਪਣਾ ਜੇਲ੍ਹ ਦੇ ਵਿੱਚ ਵੀ ਜਾ ਕੇ ਆਇਆ ਹੈ ਔਰ ਇਹ 23 ਜਨਵਰੀ ਨੂੰ ਜੇਲ੍ਹ ਤੋਂ ਬਾਹਰ ਆਇਆ ਸੀ ਠੀਕ ਹੈ ਔਰ ਬਾਹਰ ਆਉਣ ਤੋਂ ਬਾਅਦ ਇਹ ਫਿਰ ਐਸੀ ਕੰਮ ਤੇ ਲੱਗ ਗਿਆ ਜੀ ਸਰ ਇੱਕ ਪੁੱਛਕਿਚ ਕੋਈ ਹੋਰ ਵੀ ਖੁਲਾਸੇ ਹੋ ਰਹੇ ਜਿੰਦਾ ਤੁਸੀਂ ਦਿਸ ਸ਼ਗਨ ਦੇ ਜਿਹੜਾ ਪਿਆ ਹੈ ਉਹਦੇ ਵਾਸਤੇ ਸਾਰੀ ਚੀਜ਼ਾਂ ਕਰਦਾ ਸੀਗਾ ਹਾਂ ਇਹ ਕਿਉਂਕਿ ਬੜੈਲ ਰਹਿੰਦਾ ਉੱਥੇ ਮੁਸਲਮ ਕਮਿਟੀ ਕਾਫੀ ਹੈ ਉੱਥੇ ਇਹਦੀ ਮੁਸਲਮ ਫਰੈਂਡ ਸੀ ਓਕੇ ਔਰ ਉਹਦੇ ਕਰਦਿਆਂ ਨੂੰ ਪਤਾ ਸੀ ਕਿ ਇਹਦੀ ਉਹਦੇ ਨਾਲ ਫਰੈਂਡਸ਼ਿਪ ਹੈ ਤੇ ਇਹਦੀ ਜਿਹੜੀ ਵੁੱਡ ਬੀ ਮਦਰ ਇਨ ਲਾ ਹੈ ਉਸਨੇ ਕਿਹਾ ਵੀ ਤੂੰ ਕੋਈ ਕਰਕੇ ਦਿਖਾ ਵੀ ਤੇਰੇ ਕੋਲ ਮਿਹਰ ਦੇ ਵਿੱਚ ਅਗਰ 40000 ਰੁਪਏ ਤੂੰ ਸਾਨੂੰ ਦਿਖਾਏਗਾ ਵੀ ਹੈਗਾ ਤੇ ਅਸੀਂ ਤਾਂ ਤੇਰੀ ਇਹਦੇ ਨਾਲ ਸ਼ਾਦੀ ਕਰ ਦਿਆਂਗੇ ਓਕੇ ਔਰ ਇਹ ਆਪਣਾ ਇਸੇ ਹੋਰ ਕੋਈ ਕੰਮ ਤਾਂ ਕਰਦਾ ਨਹੀਂ ਸੀ ਇਹ ਠੀਕ ਹੈ ਇੱਕ ਦੇ ਨਾਲ ਹੋਰ ਇੱਕ ਬੀਰਖਾ ਬਹਾਦਰ ਇਹਦਾ ਸਾਥੀ ਹੈ ਠੀਕ ਹੈ ਔਰ ਇਹ ਦੋਨੇ ਜਦੋਂ ਵੀ ਇਹ ਆਪਣਾ ਇਹਨਾਂ ਨੂੰ ਇੱਥੇ ਲੇਬਰ ਚੌਂਕ ਤੇ ਇਹ ਰੋਡ ਤੇ ਸੌਂਦੇ ਸੀ ਠੀਕ ਹੈ ਔਰ ਇਹ ਵਾਰਦਾਤ ਨੂੰ ਅੰਜਾਮ ਦੇ ਕੇ ਤੇ ਉਹ ਪੈਸੇ ਇਕੱਠੇ ਕਰ ਰਹੇ ਸੀ ਸਰ ਇਹਦੀ ਮੋਟਰਸਪਰਿੰਡਿਕ ਕੀ ਹੁੰਦੀ ਸੀ ਕਿਸ ਤਰ੍ਹਾਂ ਇਹ ਵਾਰਦਾਤ ਨੂੰ ਅੰਜਾਮ ਦਿੰਦੇ ਸੀ ਲੇਟ ਨਾਈਟ ਦੇ ਸਮੇਂ ਜਾਂ अर्ਲੀ ਮਾਰਨਿੰਗ ਦੇ ਸਮੇਂ ਆ ਜੋ ਇਹਦੀ ਪੁਛਗਿਛ ਆਇਆ ਪਹਿਲਾਂ ਜਿਹੜੇ ਇਹਦੇ ਮੋਬਾਈਲ ਸੀਗੇ ਉਹ ਤਾਂ 60 ਮੋਬਾਈਲ ਕਹਿੰਦਾ ਮੈਂ ਚੋਰੀ ਕੀਤੇ ਸੀ ਠੀਕ ਹੈ ਔਰ ਚੋਰੀ ਤੋਂ ਹਟ ਕੇ ਜਦੋਂ ਇਹ ਕੋਈ ਯਾਰ ਦੋਸਤ ਦਾ ਵਹੀਕਲ ਮਿਲਦਾ ਸੀ ਠੀਕ ਹੈ ਉਸ ਦੇ ਉੱਪਰ ਚੰਡੀਗੜ੍ਹ ਦੇ ਵਿੱਚ ਮੁਹਾਲੀ ਦੇ ਏਰੀਏ ਚ ਓਕੇ ਟ੍ਰਾਈ ਸਰ ਭਾਈ ਹਾਂ ਜਿੱਥੇ ਇਹਨਾਂ ਨੂੰ ਟਾਈਮ ਮਿਲਦਾ ਸੀ ਉੱਥੇ ਹੀ ਆਪਣਾ ਸਨੱਜਿੰਗ ਨੂੰ ਕੋਸ਼ਿਸ਼ ਕਰਦੇ ਆ ਜੋ ਵੀ ਸਿੰਗਲ ਆਦਮੀ ਦਾ ਅੰਜਾਮ ਦਿੰਦੇ ਸੀ ਠੀਕ ਹੈ ਔਰ ਜਿਸ ਤਰ੍ਹਾਂ ਕਿ ਇਹ ਵਾਲਾ ਜਿਹੜਾ 22 ਤਰੀਕ ਨੂੰ ਇਹਨਾਂ ਨੇ ਸਿੰਗਲ ਸਾਈਕਲ ਵਾਲੇ ਨੂੰ ਟਾਰਗੇਟ ਕਰਿਆ ਠੀਕ ਹੈ ਵੀ ਇਹ ਸਿੰਗਲ ਬੰਦਿਆਂ ਨੂੰ ਟਾਰਗੇਟ ਕਰਦੇ ਸੀ ਤਾਂ ਕਿ ਜ਼ਿਆਦਾ ਕੋਈ ਪਤਾ ਨਾ ਲੱਗੇ ਜਾਂ ਕਿਤੇ ਫੜੇ ਨਾ ਜਾਈਏ ਸਰ ਇਹਨਾਂ ਕੋਲ ਕੋਈ ਵੈਪਨ ਵਗੈਰਾ ਜਾਂ ਕਿਸ ਤਰ੍ਹਾਂ ਦਾ ਕੋਈ ਚਾਕੂ ਵਗੈਰਾ ਵੀ ਹੁੰਦਾ ਸੀ ਆ ਨਹੀਂ ਇਹ ਇਹ ਇਸ ਤਰ੍ਹਾਂ ਦਾ ਕੋਈ ਵੈਪਨ ਨਾਲ ਨਹੀਂ ਕਰਦੇ ਸੀ ਠੀਕ ਹੈ ਔਰ ਇਹ ਖੋ ਕਰਕੇ ਭੱਜ ਲੈਂਦੇ ਸੀ ਜੀ ਜਿਹੜੀ ਹੈਗੀ ਸਨੇਚਿੰਗ ਦੀ ਵਾਰਦਾਤਾਂ ਇਹਨਾਂ ਨੇ ਕੀਤੀ ਆ ਜਿਹੜੀਆਂ ਕਿ ਸਾਡੇ 36 ਥਾਣੇ ਦੀਆਂ ਚਾਰ ਜਿਹੜੇ ਕਿ ਸਨੇਚਿੰਗ ਦੇ ਕੇਸ ਹੁਣ ਤੱਕ ਹੋ ਗਏ ਇਸ ਤੋਂ 14 ਮੋਬਾਈਲ ਰਿਕਵਰ ਹੋਏ ਆ ਠੀਕ ਹੈ ਉਹ ਕੁਝ 34 ਥਾਣੇ ਦੇ ਏਰੀਆ ਦੇ ਕੁਝ ਮੁਹਾਲਲੇ ਦੇ ਆ ਠੀਕ ਹੈ ਬਾਕੀ ਅੱਗੇ ਸਾਡੇ ਕੋਲੇ ਰਿਮਾਂਡ ਦੇ ਵਿੱਚ ਨੇ ਅੱਗੇ ਪੁੱਛਗੀ ਜਾਰੀ ਹੈ ਜਿਹੜਾ ਇਹਦਾ ਸਾਥੀ ਹੈ ਉਹਦਾ ਕੀ ਰੋਲ ਰਿਹਾ ਸੀ ਜਨਾਜ਼ ਹੁੰਦਾ ਸੀ ਉਹ ਇਹਦਾ ਸਾਥੀ ਵੀ ਜਿਹੜਾ ਕਿ ਰੋਡ ਦੇ ਉੱਪਰ ਹੀ ਆਪਣਾ ਫੁੱਟਪਾਥ ਤੇ ਹੀ ਸੌਂਦਾ ਠੀਕ ਹੈ ਔਰ ਉਸ ਨੂੰ ਇਹਨੇ ਕੁਝ ਪੈਸੇ ਨਾਲ ਦਿੰਦਾ ਸੀ ਔਰ ਜਦੋਂ ਇਹਨਾਂ ਟਾਈਮ ਮਿਲਦਾ ਸੀ ਉਸ ਨੂੰ ਵੀ ਨਾਲ ਲੈ ਜਾਂਦਾ ਬਾਈਕ ਵੇਰੀਫਾਈ ਕਰ ਰਹੇ ਆ ਇਹ ਕਹਿ ਰਹੇ ਆ ਕਿ ਦੋਸਤੀ ਹੈ ਉਹ ਵੀ ਹਜੇ ਅਸੀਂ ਚੈੱਕ ਕਰ ਲੇ ਤੇ ਬਿਲਕੁਲ ਜਿੱਦਾਂ ਸਰ ਨੇ ਜਾਣਕਾਰੀ ਦਿੱਤੀ ਹੈ ਕਿ ਕਿਸ ਤਰ੍ਹਾਂ ਇਹ ਨਦੀ ਮੋਡਸ ਆਪਰੇਂਡੀ ਹੁੰਦੀ ਸੀ ਔਰ ਪੈਸੇ ਕਮਾਉਣ ਦੇ ਚੱਕਰਾਂ 'ਚ ਹਾਲਾਂਕਿ ਦੂਜਾ ਤਰੀਕਾ ਇਹਨੇ ਅਪਣਾਇਆ ਔਰ ਸੈਚਿੰਗ ਦੀ ਵਾਰਦਾਤਾਂ ਨੂੰ ਅੰਜਾਮ ਦਿੰਦਾ ਸੀਗਾ ਹਾਲਾਂਕਿ ਹੁਣ ਪੁਲਿਸ ਦੇ ਕੋਲ ਹੈ ਲਗਾਤਾਰ ਇਨਵੈਸਟੀਗੇਸ਼ਨ 'ਚ ਹੋਰ ਵੀ ਖੁਲਾਸੇ ਸਾਹਮਣੇ ਆ ਰਹੇ ਕਿ ਅੱਗੇ ਕਿੱਥੇ ਕਿੱਥੇ ਇਹਨੇ ਵਾਰਦਾਤਾਂ ਨੂੰ ਅੰਜਾਮ ਦਿੱਤਾ ਚੰਡੀਗੜ੍ਹ ਦੇ ਨਾਲ-ਨਾਲ ਮੋਹਾਲੀ ਦਾ ਏਰੀਆ ਜਾਂ ਤ੍ਰਾਈ ਸਿਟੀ ਦਾ ਏਰੀਆ ਉਹਦੇ ਵਿੱਚ ਕਿੱਥੇ ਕਿੱਥੇ ਇਸਨੇ ਪੂਰੀ ਵਾਰਦਾਤਾਂ